ਸਨ 1577 ਵਿੱਚ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ। ਅੱਜ 2017 ਵਿੱਚ ਇਸ ਸ਼ਹਿਰ ਨੂੰ ਵਸਿਆਂ 440 ਸਾਲ ਹੋ ਚੱਲੇ ਨੇ ਤੇ 440 ਸਾਲ ਦੇ ਇਤਿਹਾਸ ਵਿੱਚ ਜਿਹੜੀ ਗੱਲ ਸੁਣੀ ਗਈ ਹੈ ਕਿ ਗੁਰੂ ਸਾਹਿਬ ਨੇ ਇੱਥੇ 32 ਕਿੱਤੇਕਾਰਾਂ ਨੂੰ ਇਕੱਠਿਆਂ ਕਰਕੇ ਬਿਨਾਂ ਉਹਨਾਂ ਦੀ ਜਾਤ ਧਰਮ ਪੁੱਛਿਆ ਉਹਨਾਂ ਸਾਰਿਆਂ ਨੂੰ ਇੱਕ ਪੀਸਫੁਲ ਮਾਹੌਲ ਦੇ ਵਿੱਚ ਰਹਿਣ ਦੀ ਜਿਹੜੀ ਹੈ ਇੱਕ ਵਿਜ਼ਨ ਰੱਖੀ ਤੇ ਅੰਮ੍ਰਿਤਸਰ ਨੂੰ ਐਸਟੈਬਲਿਸ਼ ਕੀਤਾ, ਨਾ ਕੇਵਲ ਸ਼ਹਿਰ ਦੇ ਵਸਨੀਕਾਂ ਲਈ ਬਲਕਿ ਬਾਹਰੋਂ ਜਿੰਨੇ ਵੀ ਲੋਕ ਸ਼ਰਧਾਲੂ ਇੱਥੇ ਆਉਂਦੇ ਸੀ ਉਹਨਾਂ ਸਾਰਿਆਂ ਲਈ ਇੱਕ ਬਹੁਤ ਸੋਹਣਾ ਸ਼ਹਿਰ ਬਣਾਇਆ ਜਿਹਦਾ ਨਾਮ ਚੱਕ ਰਾਮਦਾਸਪੁਰ ਰੱਖਿਆ ਗਿਆ। ਪਰ ਸਾਡੀ ਬਦਕਿਸਮਤੀ ਇਹ ਰਹੀ ਕਿ 440 ਸਾਲਾਂ ਬਾਅਦ ਅੱਜ ਸ਼ਹਿਰ ਦੇ ਵਿੱਚ ਪ੍ਰਦੂਸ਼ਣ ਬਹੁਤ ਵੱਧ ਗਿਆ। ਅੰਮ੍ਰਿਤਸਰ ਸ਼ਹਿਰ ਦਾ ਅੱਜ ਹਰਿਆਵਲ ਖੇਤਰ ਕੇਵਲ 1% ਹੈ। ਸੋ ਹਵਾ ਦੇ ਪ੍ਰਦੂਸ਼ਣ ਦੇ ਤਹਿਤ ਇਸ ਸ਼ਹਿਰ ਨੂੰ ਦੁਨੀਆ ਵਿੱਚ 21ਵਾਂ ਸਥਾਨ ਬਣਿਆ ਹੈ, ਜਿਹੜੀ ਕਿ ਆਪਣੇ ਆਪ ਵਿੱਚ ਸ਼ਰਮ ਵਾਲੀ ਗੱਲ ਹੈ। ਇਹ ਵੀ ਜਾਣ ਕੇ ਸਾਨੂੰ ਹੈਰਾਨੀ ਹੋਏਗੀ ਕਿ ਇਸ ਸ਼ਹਿਰ ਦੇ ਵਿੱਚ 65,000 ਦੇ ਕਰੀਬ 3-wheeler ਚੱਲ ਰਹੇ ਨੇ ਕਿ ਜਿਹੜੇ ਕਿ ਹਵਾ ਨੂੰ ਹੋਰ ਗੰਦਿਆਂ ਕਰ ਰਹੇ ਨੇ। ਤੇ ਅੱਜ ਅੰਮ੍ਰਿਤਸਰ ਦਾ ਜਿਹੜਾ 440ਵਾਂ ਸਥਾਪਨਾ ਦਿਵਸ ਮਨਾਉਂਦੇ ਆ, ਸਾਨੂੰ ਇਸ ਸ਼ਹਿਰ ਦੇ ਵਸਨੀਕਾਂ ਨੂੰ ਤੇ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਸ਼ਹਿਰ ਦੇ ਵਿੱਚ ਕੋਈ ਐਸੇ ਜਿਹੜੇ ਪ੍ਰੋਜੈਕਟਸ ਲਾਏ ਜਾਣ ਜਿਨ੍ਹਾਂ ਨਾਲ ਰੁੱਖਾਂ ਨੂੰ ਇੱਥੇ ਐਸਟੈਬਲਿਸ਼ ਕੀਤਾ ਜਾਵੇ, ਪੂਰੀ ਵਿਉਂਤਬੰਦੀ ਨਾਲ ਹਰਿਆਵਲ ਖੇਤਰ ਵਧਾਇਆ ਜਾ ਸਕੇ ਤੇ ਸਾਨੂੰ ਇੱਥੇ ਪਬਲਿਕ ਟਰਾਂਸਪੋਰਟ ਦੀ ਜਿਹੜੀ ਉਹ ਇੱਥੇ ਮੁਹੱਈਆ ਕਰਾਈ ਜਾਵੇ ਤਾਂ ਕਿ ਜਿਹੜੇ ਇੱਥੇ ਦੇ ਲੋਕ ਨੇ ਉਹ ਘੱਟ ਤੋਂ ਘੱਟ ਆਪਣੇ ਵਹੀਕਲ ਯੂਜ਼ ਕਰਨ, ਟ੍ਰੈਫਿਕ ਦੀ ਪ੍ਰੋਬਲਮ ਇੱਥੇ ਘਟੇ, ਪਲੱਸ ਜਿਹੜੇ ਆਟੋਜ਼ ਨੇ ਜੇ ਇਹਨਾਂ ਨੂੰ ਬੰਦ ਨਹੀਂ ਕਰਾਇਆ ਜਾ ਸਕਦਾ ਘੱਟੋ ਘੱਟ ਸਾਨੂੰ ਬੈਟਰੀ ਓਪਰੇਟਡ ਜਾਂ CNG ਤੇ ਚੱਲਣ ਵਾਲੇ ਕਲੀਨ ਜਿਹੜੇ ਆਟੋ ਨੇ ਉਹ ਇੱਥੇ ਆਉਣ। ਦੂਜੀ ਗੱਲ ਇਹ ਹੈ ਕਿ ਸ਼ਹਿਰ ਦੇ ਵਿੱਚ ਹਰ ਰੋਜ਼ 700 ਟਨ ਕੂੜਾ ਰੋਜ਼ ਉਪਜਦਾ ਹੈ ਜਿਹੜਾ ਰੋਜ਼ ਇੱਥੇ ਗਲੀਆਂ ਵਿੱਚ ਰੁਲ ਰਿਹਾ ਹੈ। ਕੇਵਲ 30% ਜਿਹੜਾ ਕੂੜੇ ਦੀ ਸੰਭਾਲ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ, ਬਾਕੀ ਸਾਰਾ ਕੂੜਾ ਕਰਕਟ ਜਿਹੜਾ ਹੈ ਉੱਥੇ ਕਿਤੇ ਗਲੀਆਂ ਵਿੱਚ ਪਿਆ ਹੁੰਦਾ ਹੈ ਜਾਂ ਗਾਰਬੇਜ ਜਿਹੜੇ ਡੰਪਸ ਨੇ ਜਾਂ ਨਾਲਿਆਂ ਵਿੱਚ ਸੁੱਟਿਆ ਜਾ ਰਿਹਾ, ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ, ਜਾਂ ਕਿਤੇ ਕਿਤੇ ਬਹੁਤ ਜਗ੍ਹਾ ਦੇਖਣ ਨੂੰ ਮਿਲਦਾ ਕਿ ਕੂੜੇ ਨੂੰ ਅੱਗ ਵੀ ਲਗਾਈ ਜਾ ਰਹੀ ਹੈ। ਇਹ ਸਾਰੇ ਦੇ ਨਾਲ ਹਵਾ ਦਾ ਪੋਲਿਊਸ਼ਨ ਹੋਰ ਵੱਧ ਰਿਹਾ, ਪਲੱਸ ਜਦੋਂ ਇਹਨਾਂ ਕੂੜੇ ਦੇ ਢੇਰ ਤੇ ਮੀਂਹ ਦਾ ਪਾਣੀ ਪੈਂਦਾ ਉਹ ਸਾਰਾ ਧਰਤੀ ਦੇ ਪਾਣੀ ਜਿਹੜਾ ਧਰਤੀ ਹੇਠਲਾ ਪਾਣੀ ਉਹਨੂੰ ਗੰਦਾ ਕਰ ਰਿਹਾ। ਇਹ ਸਾਰੀਆਂ ਚੀਜ਼ਾਂ ਇਸ ਨਗਰੀ ਵਾਸਤੇ ਸ਼ੋਭਾ ਨਹੀਂ ਦਿੰਦੀਆਂ, ਨਾ ਹੀ ਇੱਥੋਂ ਦੇ ਵਸਨੀਕਾਂ ਦੀ, ਨਾ ਹੀ ਇੱਥੋਂ ਦੇ ਜਿਹੜੇ ਟੂਰਿਸਟ ਨੇ, ਰੋਜ਼ 1,00,000 ਟੂਰਿਸਟ ਇੱਥੇ ਆ ਰਿਹਾ ਉਹਨਾਂ ਦੀ ਹੈਲਥ ਵਾਸਤੇ ਚੰਗੀਆਂ ਨੇ। ਸੋ ਆਓ ਸਾਰੇ ਇਸ ਸ਼ਹਿਰ ਦੇ ਲਈ ਕੁਛ ਨਾ ਕੁਛ ਉਪਰਾਲਾ ਕਰੀਏ। ਗਿੱਲੇ ਕੂੜੇ ਤੋਂ ਤੁਸੀਂ ਆਪਣੇ ਘਰਾਂ ਵਿੱਚ ਜਿਹੜੀ ਰਹਿੰਦ ਖੂੰਹਦ ਤੋਂ ਕੰਪੋਸਟ ਬਣਾ ਸਕਦੇ ਹੋ, ਜਿਹਨੂੰ ਆਪਾਂ ਖਾਦ ਕਹਿੰਦੇ ਹਾਂ, ਦੇਸੀ ਖਾਦ ਕਹਿੰਦੇ ਹਾਂ, ਤੇ ਇਹਨੂੰ ਆਪਣੇ ਘਰਾਂ ਵਿੱਚ ਰਸੋਈ ਬਗੀਚਾ ਲਾ ਕੇ ਵੀ ਯੂਟੀਲਾਈਜ਼ ਕਰ ਸਕਦੇ ਹੋ ਜਾਂ ਤੁਸੀਂ ਆਪਣੇ ਲੈਂਡਸਕੇਪ ਵਿੱਚ ਪਾ ਸਕਦੇ ਹੋ। ਤੇ ਲਾਸਟ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਹਰ ਸਾਲ ਜਿਹੜਾ ਧਰਤੀ ਦੇ ਹੇਠਲਾ ਪਾਣੀ ਹੈ, ਅੰਡਰਗਰਾਊਂਡ ਵਾਟਰ ਹੈ, ਉਹਦਾ ਸਤਰ ਜਿਹੜਾ 3 ਫੁੱਟ ਡੂੰਘਾ ਹੋ ਰਿਹਾ, ਜਿਹੜੀ ਕਿ ਬੜੀ ਖਤਰਨਾਕ ਸਾਨੂੰ ਵਾਰਨਿੰਗ ਹੈ। ਹਰ 3 ਸਾਲ ਬਾਅਦ ਜਿਹੜਾ ਧਰਤੀ ਦੇ ਹੇਠਲਾ ਪਾਣੀ ਉਹਦਾ 10 ਫੁੱਟ ਸਤਰ ਗਿਰ ਰਿਹਾ। ਸੋ ਇਹ ਸੋਚੋ ਕਿ ਜਿਹੜੇ ਅੱਜ ਤੋਂ 50 ਸਾਲ ਬਾਅਦ ਬੱਚੇ ਹੋਣਗੇ ਇੱਥੇ, ਉਹ ਪਾਣੀ ਕਿੱਥੋਂ ਪੀਣਗੇ? ਕੀ ਉਹਨਾਂ ਨੂੰ ਸਾਫ਼ ਪਾਣੀ ਮਿਲੇਗਾ? ਅੱਜ ਵੀ ਜਦੋਂ ਅਸੀਂ ਦੇਖਣਾ ਕਿ ਮੌਨਸੂਨ ਨੇ ਇਸੇ ਮਹੀਨੇ ਦੇ ਐਂਡ ਤੱਕ ਜਾਂ ਅਗਲੇ ਮਹੀਨੇ 2 ਹਫ਼ਤਿਆਂ 'ਚ ਇੱਥੇ ਮੌਨਸੂਨ ਨੇ ਆ ਜਾਣਾ ਤੇ ਸੜਕਾਂ ਦੇ ਉੱਤੇ ਪਾਣੀ ਖੜਾ ਰਹਿਣਾ, ਕੀ ਅਸੀਂ ਘਰਾਂ ਵਿੱਚ ਰੇਨ ਵਾਟਰ ਹਾਰਵੈਸਟਿੰਗ ਨਹੀਂ ਸ਼ੁਰੂ ਕਰ ਸਕਦੇ? ਕੀ ਸਾਨੂੰ ਸਰਕਾਰ ਇੱਥੋਂ ਦੀ ਇਦਾਂ ਦੇ ਕੋਈ ਨਿਯਮਬੱਧ ਕੰਮ ਨਹੀਂ ਕਰ ਸਕਦੇ ਕਿ ਹਰ ਪਾਸੇ ਰੇਨ ਵਾਟਰ ਹਾਰਵੈਸਟਿੰਗ ਦਾ ਜਿਹੜਾ ਉਪਲਬਧੀ ਹੋਵੇ ਤਾਂ ਕਿ ਜਿਹੜਾ ਮੀਂਹ ਦਾ ਪਾਣੀ ਉਹ ਸੜਕਾਂ ਤੇ ਰੁਲਣ ਦੀ ਬਜਾਏ ਸਾਡੇ ਧਰਤੀ ਦੇ ਜਿਹੜਾ ਹੇਠਲਾ ਪਾਣੀ ਹੈ ਉਹਨੂੰ ਰਿਪਲੈਨਿਸ਼ ਕਰੇ? ਸੋ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਵੀ ਅਸੀਂ ਸੇਫ ਕਰ ਸਕਦੇ ਹਾਂ, ਉਹਨਾਂ ਨੂੰ ਸੇਫ ਵਾਟਰ ਪ੍ਰੋਵਾਈਡ ਕਰ ਸਕਦੇ ਹਾਂ। ਸੋ ਇਦਾਂ ਦੇ ਕਈ ਪ੍ਰੋਜੈਕਟਸ ਨੇ, ਜਿਹੜੀ ਸਾਡੀ ਬੇਨਤੀ ਹੈ ਕਿ ਸਥਾਪਨਾ ਦਿਵਸ ਤੇ ਅੰਮ੍ਰਿਤਸਰ ਦੇ 440ਵੇਂ ਬਰਥਡੇ ਤੇ ਇਸ ਸ਼ਹਿਰ ਨੂੰ ਮਿਲਣੀਆਂ ਚਾਹੀਦੀਆਂ ਤਾਂ ਕਿ ਇਸ ਸ਼ਹਿਰ ਦਾ ਫਿਊਚਰ ਹੈ ਜਿਹੜਾ ਉਹ ਬਚਾਇਆ ਜਾ ਸਕੇ।
ਸ਼ਹਿਰ ਦੇ ਵਿੱਚ ਈਕੋ ਸਿੱਖ ਜਥੇਬੰਦੀ ਵੱਲੋਂ ਈਕੋ ਅੰਮ੍ਰਿਤਸਰ ਦੇ ਪ੍ਰੋਜੈਕਟ ਦੇ ਤਹਿਤ 440ਵੇਂ ਸਥਾਪਨਾ ਦਿਵਸ ਨੂੰ 27 ਜੂਨ ਮੰਗਲਵਾਰ ਨੂੰ ਸਵੇਰੇ ਇੱਕ ਸਰਵ ਧਰਮ ਮਾਰਚ ਕੀਤੀ ਜਾ ਰਹੀ ਹੈ, ਪ੍ਰੋਸੈਸ਼ਨ ਕੀਤਾ ਜਾ ਰਿਹਾ ਵਾਕ ਫਾਰ ਅੰਮ੍ਰਿਤਸਰ। ਇਸ ਦੇ ਵਿੱਚ ਸਾਰੇ ਧਾਰਮਿਕ ਆਗੂ ਇਕੱਠੇ ਹੋ ਕੇ, ਸਾਰੇ ਧਰਮਾਂ ਦੇ ਜਿਹੜੇ ਸਿੱਖਿਅਕ ਨੇ ਉਹ ਫੋਲੋਅਰਸ ਨੇ ਉਹ ਇਕੱਠੇ ਹੋ ਕੇ ਚੱਲਣਗੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 6 ਵਜੇ। ਤੁਸੀਂ ਸਾਰੇ ਜ਼ਰੂਰ ਪਹੁੰਚਣਾ ਤੇ ਜਿਹੜੀ ਮਾਰਚ ਹੈ ਇਹ ਪਹੁੰਚੇਗੀ ਰਾਮਬਾਗ ਗਾਰਡਨਸ ਦੇ ਵਿੱਚ। ਉੱਥੇ ਪਾਰਕਿੰਗ ਲਾਟ ਦੇ ਵਿੱਚ ਜਿਹੜਾ ਇੱਕ ਜਨਤਕ ਸੰਮੇਲਨ ਕੀਤਾ ਜਾਏਗਾ, ਜਿੱਥੇ ਸ਼ਹਿਰ ਦੇ ਪ੍ਰਮੁੱਖ ਨੁਮਾਇੰਦੇ ਹੋਣਗੇ, ਧਾਰਮਿਕ ਆਗੂ ਹੋਣਗੇ ਤੇ ਜਥੇਬੰਦੀਆਂ ਵੀ ਹੋਣਗੀਆਂ। ਸ਼ਹਿਰ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਜਾਏਗਾ, ਪ੍ਰੈਸ ਵਿੱਚ ਵੀ ਦਿੱਤਾ ਜਾਏਗਾ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵਿੱਚ ਜ਼ਰੂਰ ਸ਼ਾਮਿਲ ਹੋਣਾ। 27 ਜੂਨ ਦਿਨ ਮੰਗਲਵਾਰ 6 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ 8 ਵਜੇ ਪਾਰਕਿੰਗ ਲਾਟ ਨੇੜੇ ਮਹਾਤਮਾ ਗਾਂਧੀ ਦੁੱਖ ਬੁੱਤ ਕੰਪਨੀ ਬਾਗ ਵਿਖੇ। ਸੋ ਚਾਹੇ ਘਰਾਂ ਵਿੱਚ ਆਪਣੇ ਅਦਾਰਿਆਂ ਵਿੱਚ ਇੱਕ ਰੁੱਖ ਜਾਂ ਜ਼ਿਆਦਾ ਰੁੱਖ ਲਗਾਓ, ਪਰ ਉਹਨਾਂ ਨੂੰ ਪਾਲੋ ਜ਼ਰੂਰ। ਇਸ ਸ਼ਹਿਰ ਨੂੰ ਸਾਫ਼ ਹਵਾ ਦੀ ਬਹੁਤ ਜ਼ਰੂਰਤ ਹੈ। ਜਿੱਥੇ ਇਹ ਸ਼ਹਿਰ ਹੋਰ ਤਰ੍ਹਾਂ ਦੇ ਲੰਗਰ ਲਾਉਂਦਾ, ਉੱਥੇ ਸ਼ੁੱਧ ਹਵਾ ਦਾ ਵੀ ਅਸੀਂ ਜਿਹੜਾ ਸ਼ਹਿਰ ਨੂੰ ਦਾਨ ਦਈਏ। ਇਹਦੇ ਨਾਲ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਰਸਾਇਣ ਮੁਕਤ ਭੋਜਨ ਜਿਹੜਾ ਔਰਗੈਨਿਕ ਫੂਡ ਹੈ ਉਹ ਸਾਨੂੰ ਘਰ ਘਰ ਵਿੱਚ ਉਗਾਉਣਾ ਚਾਹੀਦਾ, ਆਪਣੇ ਬੱਚਿਆਂ ਨੂੰ ਉਹਦੇ ਨਾਲ ਜੋੜਨਾ ਚਾਹੀਦਾ। ਇਸ ਸ਼ਹਿਰ ਦੀ ਹੈਲਥ ਤੁਹਾਡੇ ਸਾਰਿਆਂ ਦੀ ਹੈਲਥ ਦੇ ਨਾਲ ਹੀ ਹੈ। 3rd ਪੁਆਇੰਟ ਇਜ਼ ਕਿ ਆਪਣੀ ਰਹਿੰਦ ਖੂੰਹਦ ਨੂੰ ਕੰਪੋਸਟਿੰਗ ਕਰੋ, ਉੱਤੋਂ ਖਾਦ ਬਣਾਓ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚ ਗਾਰਬੇਜ ਆ ਉਹ ਘਟੇ। 4th ਨੁਕਤਾ ਇਹ, ਹਰ ਗੁਰਦੁਆਰੇ ਵਿੱਚ, ਹਰ ਮੰਦਿਰ ਵਿੱਚ, ਕਿਤੇ ਵੀ ਤੁਸੀਂ ਜਨਤਕ ਸਥਾਨ ਤੇ ਟੂਟੀ ਵਗਦੀ ਵੇਖੋ ਉਹਨੂੰ ਬੰਦ ਕਰੋ, ਜੇ ਨਹੀਂ ਬੰਦ ਹੁੰਦੀ ਕੰਪਲੇਂਟ ਕਰੋ ਜਾਂ ਫਿਰ ਆਪ ਹੀ ਰਿਪੇਅਰ ਕਰਾਓ। ਜਨਤਕ ਯਾਤਾਯਾਤ ਦਾ ਜਿਹੜਾ ਵਰਤੋਂ ਕਰੋ ਪਬਲਿਕ ਟਰਾਂਸਪੋਰਟ ਦਾ। ਊਰਜਾ ਬਚਾਉਣਾ ਇੱਕ ਬਹੁਤ ਚੰਗਾ ਕੰਮ ਹੈ ਜਿਹਦੇ ਨਾਲ ਕੋਲੇ ਦੀ ਖਪਤ ਘਟਦੀ ਹੈ ਤੇ ਤੁਹਾਡਾ ਘਰ ਦਾ ਬਿਜਲੀ ਦਾ ਬਿੱਲ ਵੀ ਘਟਦਾ ਹੈ। LED ਬਲਬ ਜਿਹੜੇ ਨੇ ਬਹੁਤ ਘੱਟ ਬਿਜਲੀ ਵਰਤਦੇ ਨੇ। ਸੋ ਘਰਾਂ ਵਿੱਚ ਜਿਹੜਾ ਇਹ ਸਥਾਪਨਾ ਦਿਵਸ ਹੈ, ਆਪਣੇ ਘਰਾਂ ਵਿੱਚ ਸਾਰੇ ਬਲਬ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਰਿਪਲੇਸ ਕਰੋ, LED ਬਲਬ ਲਗਾਓ ਤੇ ਆਪਣਾ ਬਿਜਲੀ ਦਾ ਖਰਚਾ ਵੀ ਬਚਾਓ। ਪਲਾਸਟਿਕ ਦੇ ਲਿਫਾਫੇ ਤੇ ਥਰਮੋਕੋਲ ਦੇ ਭਾਂਡੇ ਸਾਨੂੰ ਸਾਰੇ ਸ਼ਹਿਰ ਦੇ ਵਿੱਚ ਲੰਗਰਾਂ 'ਚ ਥਾਂ ਥਾਂ ਤੇ ਗਿਰੇ ਤੇ ਸੜਕਾਂ ਤੇ ਰੁਲਦੇ ਨਜ਼ਰ ਆਉਂਦੇ, ਉਹਨਾਂ ਨੂੰ ਫਿਰ ਅੱਗਾਂ ਲਾਈਆਂ ਜਾਂਦੀਆਂ। ਕਿਉਂ ਨਾ ਅਸੀਂ ਬੰਦ ਨਹੀਂ ਕਰ ਸਕਦੇ, ਇਹਨਾਂ ਨੂੰ ਬੰਦ ਹੀ ਕਰ ਦਈਏ। ਥਰਮੋਕੋਲ ਦੇ ਭਾਂਡਿਆਂ ਵਿੱਚ ਖਾਣ ਨਾਲ, ਕੁਛ ਵੀ ਛਕਣ ਨਾਲ, ਪੀਣ ਨਾਲ ਸਾਡੀ ਆਪਣੀ ਸਿਹਤ ਜਿਹੜੀ ਹੈ ਖਰਾਬ ਹੋ ਰਹੀ ਹੈ। ਉਸ ਤੋਂ ਬਾਅਦ ਇਹੀ ਭਾਂਡੇ ਜਿਹੜੇ ਨੇ ਕਈ ਲੱਖ ਸਾਲ ਧਰਤੀ ਨੂੰ ਪਲੂਟ ਕਰਦੇ ਨੇ ਤੇ ਧਰਤੀ ਦੇ ਹੇਠਲੇ ਪਾਣੀ ਨੂੰ ਵੀ ਗੰਦਲਾ ਕਰਦੇ ਨੇ। ਸੋ ਨਾ ਕੇਵਲ ਅੱਜ ਸਾਡੀ ਸਿਹਤ ਨੂੰ, ਸਗੋਂ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਇਹਨਾਂ ਦਾ ਜਿਹੜਾ ਇੰਪੈਕਟ ਰਹਿਣਾ, ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਡਿਜ਼ੀਜ਼ ਫੈਲਾਉਂਦੇ ਰਹਿਣਗੇ। ਇਹਨਾਂ ਤੋਂ ਬਚੋ, ਕੱਪੜੇ ਦੇ ਝੋਲੇ ਬਣਾਓ, ਸਬਜ਼ੀ ਲੈਣ ਜਾਣੀ ਹੈ ਤੇ ਪਲਾਸਟਿਕ ਦੇ ਲਿਫਾਫਿਆਂ ਨੂੰ ਬਿਲਕੁਲ ਨਾ ਕਰ ਦਿਓ। ਅੰਮ੍ਰਿਤਸਰ ਸ਼ਹਿਰ ਦੇ ਵਾਸੀਆਂ ਨੂੰ ਇਹੀ ਰਿਕੁਐਸਟ ਹੈ ਕਿ ਆਪਣੇ ਸ਼ਹਿਰ ਦਾ ਨਾਮ ਉੱਚਾ ਕਰੀਏ, ਸਥਾਪਨਾ ਦਿਵਸ ਮਨਾਈਏ। 440 ਸਾਲ ਹੋ ਰਹੇ ਨੇ ਸ਼ਹਿਰ ਦੇ, ਮਾਣ ਕਰੀਏ ਕਿ ਸਾਡਾ ਸ਼ਹਿਰ ਹੈ ਤੇ ਸਾਡੀ ਜ਼ਿੰਮੇਵਾਰੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।